ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰਿਓ, ਇੱਕ ਵੀਡੀਓ ਸਾਹਮਣੇ ਆਈ ਜਿਸ ਦੇ ਵਿੱਚ ਇੱਕ ਇਮਾਰਤ ਨੂੰ ਉਸਾਰਿਆ ਗਿਆ ਹੈ ਤੇ ਦਾਅਵਾ ਕੀਤਾ ਜਾਇਆ ਕਿ ਇਹ ਇਮਾਰਤ ਨਿਹੰਗ ਸਿੰਘਾਂ ਨੇ ਉਸਾਰੀ ਸੀ, ਪਰ ਹੁਣ ਇੱਥੇ ਕੁਝ ਢੋਂਗੀ ਬਾਬੇ ਆ ਕੇ ਬਹਿ ਗਏ ਨੇ। ਜਦੋਂ ਇੱਕ ਸਿੱਖ ਨੇ ਜਾ ਕੇ ਇਹਨਾਂ ਤੋਂ ਪੁੱਛਿਆ ਕਿ ਇਹ ਉਰੇ ਕੀ ਕਰਦੇ ਨੇ, ਤਾਂ ਉਹ ਜਾਣ ਬੁੱਝ ਕੇ ਬੀੜੀਆਂ ਜਲਾ ਕੇ, ਸਿਗਟਾਂ ਜਲਾ ਕੇ ਉੱਥੇ ਬੈਠ ਗਏ ਤਾਂ ਜੋ ਉਹ ਸਿੰਘ ਉੱਥੋਂ ਚਲਾ ਜਾਵੇ। ਪਰ ਸਿੰਘ ਨੇ ਪੂਰੀ ਇਮਾਰਤ ਵਿਖਾਈ ਕਿ ਉੱਤੇ ਖੰਡਾ ਸਾਹਿਬ ਵੀ ਲੱਗਾ ਹੈ, ਨਿਸ਼ਾਨ ਸਾਹਿਬ ਵੀ ਲੱਗਾ ਹੈ, ਪਰ ਪਤਾ ਨਹੀਂ ਕਿਹਨਾਂ ਕਾਰਨਾਂ ਕਰਕੇ ਉਹ ਨਿਹੰਗ ਸਿੰਘ ਜਿਹਨਾਂ ਨੇ ਇਸ ਇਮਾਰਤ ਦੀ ਉਸਾਰੀ ਕੀਤੀ ਸੀ, ਇਸ ਗੁਰੂ ਘਰ ਨੂੰ ਬਣਾਉਣਾ ਸ਼ੁਰੂ ਕੀਤਾ ਸੀ, ਉਹ ਅੱਧ ਵਿਚਾਲੇ ਹੀ ਇਸ ਇਮਾਰਤ ਨੂੰ ਛੱਡ ਕੇ ਕਿਤੇ ਰਵਾਨਾ ਹੋ ਗਏ। ਨੋ ਡਾਊਟ ਗਲਤੀ ਉਹਨਾਂ ਸਿੰਘਾਂ ਦੀ ਵੀ ਹੈ, ਉਹਨਾਂ ਨਿਹੰਗ ਸਿੰਘ ਜਥੇਬੰਦੀਆਂ ਦੀ ਵੀ ਹੈ ਜਿਹਨਾਂ ਨੇ ਇਸ ਬਿਲਡਿੰਗ ਨੂੰ ਉਸਾਰਨਾ ਸ਼ੁਰੂ ਕੀਤਾ ਸੀ ਅਤੇ ਅੱਧ ਵਿਚਾਲੇ ਛੱਡ ਕੇ ਚਲੇ ਗਏ। ਪਰ ਹਾਂ, ਕਿਤੇ ਨਾ ਕਿਤੇ ਇਹ ਵੀ ਕੌਮ ਨੂੰ ਢਾਲ ਆਉਂਦਾ ਹੈ ਕਿ ਉਸ ਸਥਾਨ ਦੇ ਉੱਤੇ ਅੱਜ ਢੋਂਗੀ ਆ ਕੇ ਬੈਠੇ ਹੋਏ ਨੇ ਅਤੇ ਬੀੜੀਆਂ ਫੂਕਦੇ ਪਏ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਹ ਦੇਖ ਸਕਦੇ ਜੀ ਤੁਸੀਂ, ਨਿਹੰਗ ਸਿੰਘਾਂ ਨੇ ਇੱਥੇ ਅਸਥਾਨ ਬਣਾਇਆ ਸੀ ਤੇ ਆਹ ਜਿਹੜਾ ਇੱਥੇ ਪੁਜਾਰੀ ਬੈਠਾ ਨਾ, ਜਿਹੜਾ ਕਸਾਧ ਬੈਠਾ ਹੈ, ਇਹ ਜਾਣ ਬੁੱਝ ਕੇ ਇੱਕ ਗੁਰਸਿੱਖ ਨੂੰ ਦੇਖ ਕੇ ਜਾਣ ਬੁੱਝ ਕੇ ਇਹਨੇ ਬੀੜੀ ਲਾਈ ਹੈ ਇੱਥੇ। ਪਹਿਲਾ ਨੰਬਰ ਤਾਂ ਨਿਹੰਗ ਸਿੰਘਾਂ ਨੂੰ ਚਾਹੀਦਾ, ਜੇ ਅਸਥਾਨ ਬਣਾਇਆ ਸੀ ਉਹਨਾਂ ਨੂੰ ਸੰਭਾਲ ਕਰਨੀ ਚਾਹੀਦੀ ਸੀ ਤੇ ਆਹ ਮੈਨੂੰ ਦੇਖ ਕੇ ਕਹਿੰਦਾ ਆ ਜਾ, ਮੈਂ ਬੀੜੀ ਪੀਨਾ, ਕਹਿੰਦਾ ਆ ਜਾ ਤੂੰ ਦੇਖ। ਠੀਕ ਹੈ ਜੀ, ਹੁਣ ਕੱਲ ਨੂੰ ਇਹਨਾਂ ਨੂੰ ਆਪਾਂ ਦਿਖਾ ਰਹੇ ਵੀ ਅਸੀਂ ਕੀ ਚੀਜ਼ ਆ। ਇਹਨੇ ਜਾਣ ਬੁੱਝ ਕੇ ਬੀੜੀ ਲਾਈ ਹੈ ਜੀ, ਦੇਖ ਕੇ ਆ ਦੇਖੋ। ਹੁਣ ਉਹਨੂੰ ਬੁਝਾਉਣਾ ਕਿਉਂ, ਲਾ ਤੂੰ ਤੂੰ ਲਾ ਨਾ ਬੀੜੀ ਲਾ। ਮੈਂ ਜਗਤਾਰ ਸਿੰਘ ਗੁਜਰਾਂ ਬੋਲਦਾ ਜੀ, ਪੰਥਕ ਸੇਵਾ ਲਾਹਿਰ ਦਾਦੂ ਸਾਹਿਬ ਤੋਂ ਹਲਕਾ ਪ੍ਰਧਾਨ ਬੋਲਦਾ ਜੀ। ਇਹਨੇ ਜਾਣ ਬੁੱਝ ਕੇ ਮੈਨੂੰ ਦੇਖਿਆ, ਕਹਿੰਦਾ ਆ ਜਾ ਮੈਂ ਬੀੜੀ ਲਾਉਣਾ। ਲੈ ਹੁਣ ਲਾ ਬੀੜੀ, ਮੈਂ ਨੀ ਕਿਤੋਂ ਬਾਹਰ ਜਾਂਦਾ, ਤੂੰ ਲਾ ਬੀੜੀ, ਤੂੰ ਬੀੜੀ ਲਾ ਨਾ, ਗੁੱਸੇ ਨੀ ਇਹਨੂੰ ਮੈਂ ਦਿਖਾਉਣਾ ਮੈਂ ਚੀਜ਼ ਕੀ ਆ। ਤੂੰ ਇੱਥੇ ਬੀੜੀਆਂ ਪੀਨਾ, ਤੈਨੂੰ ਸਥਾਨ ਵੀ ਦਿਖਾ ਦੇਣਾ ਜਿਹੜਾ ਨਿਹੰਗ ਸਿੰਘਾਂ ਨੇ ਬਣਾਇਆ। ਆ ਦੇਖੋ ਜੀ, ਉਹਨੇ ਬੀੜੀ ਜਾਣ ਕੇ ਲਾਈ ਹੈ। ਠੀਕ ਹੈ ਜੀ, ਤੇ ਹੁਣ ਤੁਹਾਨੂੰ ਉਹ ਸਥਾਨ ਵੀ ਇੱਥੇ ਦਿਖਾ ਦੇਣਾ ਜੀ, ਜਿਹੜਾ ਨਿਹੰਗ ਸਿੰਘਾਂ ਨੇ ਬਣਾਇਆ ਸੀ। ਇਹ ਨਿਹੰਗ ਸਿੰਘਾਂ ਵਾਸਤੇ ਵੀ ਵਧੀਆ ਗੱਲ ਨੀ, ਜਿਹੜੇ ਉਹ ਇੱਥੋਂ ਛੱਡ ਕੇ ਗਏ ਹੈਗੇ ਅਸਥਾਨ ਨੂੰ। ਆਹ ਦੇਖ ਸਕਦੇ ਹੋ, ਇਹ ਨਿਹੰਗ ਸਿੰਘਾਂ ਨੇ ਅਸਥਾਨ ਬਣਾਇਆ ਜੀ ਇੱਧਰ। ਆ ਸਾਰਾ ਉੱਪਰ ਨਿਸ਼ਾਨ ਸਾਹਿਬ ਲੱਗਿਆ, ਛੋਟਾ ਖੰਡਾ ਸਾਹਿਬ ਲੱਗਿਆ ਉੱਪਰ, ਆ ਦਰਬਾਰ, ਇਹ ਸਾਰਾ ਨਿਹੰਗ ਸਿੰਘਾਂ ਨੇ ਬਣਾਇਆ ਸੀ। ਦਾਸ ਵੀ ਇੱਥੇ ਲੰਘਦਾ ਕਰਦਾ ਦੇਖਦਾ ਰਿਹਾ ਤੇ ਨਗਰ ਕੈਂਪਰ ਦਾ ਹੈ ਜੀ ਇਹ, ਦਿੜਬੇ ਦੇ ਨਾਲ ਲੱਗਮਾ, ਦਿੜਬੇ ਤੋਂ ਜਦੋਂ ਕੌਰੀਆ ਰੋਡ ਜਾਂਦੇ ਆ ਤੇ ਕੈਂਪਰ ਆਉਣ ਤੋਂ ਪਹਿਲਾਂ ਇਹ ਅਸਥਾਨ ਆਉਂਦਾ ਜੀ। ਆਹ ਹੁਣ ਤੁਸੀਂ ਦੇਖ ਹੀ ਲਿਆ ਕਿ ਉਹ ਬੀੜੀਆਂ ਪੀ ਰਿਹਾ ਅਸਥਾਨ ਤੇ ਬੈਠਾ, ਸਾਰੇ ਨਿਹੰਗ ਸਿੰਘਾਂ ਨੇ ਅਸਥਾਨ ਬਣਾਇਆ। ਇਹ ਬਾਬਾ ਧੰਨਾ ਸਿੰਘ ਦੀ, ਧੰਨਾ ਭਗਤ ਜੀ ਦੀ ਫੋਟੋ ਲਾਈ ਹੈ ਜੀ ਇਹਨਾਂ ਨੇ ਇੱਥੇ। ਸੋ ਬੇਨਤੀ ਹੈ ਸਰਦਾਸ ਦਾ ਇਸ ਗੱਲ ਤੇ ਸਾਥ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਪਿਆਰੇ, ਹੁਣ ਸਾਨੂੰ ਚਾਹੀਦਾ ਹੈ ਕਿ ਅਸੀਂ ਜਾ ਕੇ ਇਸ ਸਥਾਨ ਦਾ ਜਾਇਜ਼ਾ ਲਈਏ ਅਤੇ ਦੇਖੀਏ ਕਿ ਇਸ ਸਥਾਨ ਦੇ ਉੱਤੇ ਕਿਹੜੀ ਨਿਹੰਗ ਜਥੇਬੰਦੀ ਨੇ ਆਪਣੀ ਉਸਾਰੀ ਸ਼ੁਰੂ ਕੀਤੀ ਸੀ ਅਤੇ ਕਿਹੜਾ ਕਾਰਨਾਂ ਕਰਕੇ ਇਹ ਉਸਾਰੀ ਦੇ ਵਿੱਚ ਵਿਘਨ ਪਿਆ, ਤੇ ਜੇਕਰ ਕੋਈ ਆਰਥਿਕ ਮਦਦ ਦੀ ਲੋੜ ਉਹਨਾਂ ਨੂੰ ਹੈ ਤਾਂ ਸਾਨੂੰ ਅੱਗੇ ਵੱਧ ਚੜ੍ਹ ਕੇ ਇਸ ਉਸਾਰੀ ਨੂੰ ਪੂਰਾ ਕਰਵਾਉਣਾ ਚਾਹੀਦਾ ਹੈ ਤਾਂ ਜੋ ਢੋਂਗੀ ਪਖੰਡੀ ਸਾਧ ਉੱਥੇ ਡੇਰੇ ਨਾ ਲਾ ਸਕਣ। ਜੇ ਵਿਚਾਰ ਚੰਗੇ ਲੱਗੇ ਹੁਣ ਵੀਡੀਓ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ, ਬਾਕੀ ਆਪਣੀਆਂ ਭਾਵਨਾਵਾਂ ਨੀਚੇ ਕਮੈਂਟ 'ਚ ਤੁਸੀਂ ਵਿਅਕਤ ਕਰ ਹੀ ਸਕਦੇ ਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ।